ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਝ ਪਾਉਨੇ ਕਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਾ ਕਰਦਾ ਸੀ ਕਿੰਦੇ ਸੇਠ ਦੇ ਚਾਰ ਪੁੱਤ ਤੇ ਇੱਕ ਧੀ ਸੀ ਕਿੰਦੇ ਸੇਠ ਆਪਣੀ ਧੀ ਨੂੰ ਬੜਾ ਜ਼ਿਆਦਾ ਲਾਡ ਤੇ ਪਿਆਰ ਕਰਦਾ ਸੀ ਕਿੰਦੇ ਜੇ ਉਹ ਚੀਜ਼ ਉਹਨੇ ਮੰਗਿਆ ਕਰਨੀ ਉਹ ਹਾਜ਼ਰ ਕਰ ਦਿਆ ਕਰਨੀ ਕਿੰਦੇ ਮਾਂ ਨੇ ਕਿਹਾ ਕਰਨਾ ਵੀ ਇਨੇ ਅਗਲੇ ਘਰ ਜਾਣਾ ਐਨੇ ਲਾੜ ਨਾ ਲੜਾਇਆ ਕਰੋ ਇਸ ਨੂੰ ਸਿਆਣੀ ਹੋ ਜਾਂਦਿਆ ਕਰੋ ਉਹਨੇ ਕਿਹਾ ਕੋਈ ਨਾ ਅੱਗੋਂ ਵੀ ਕਰ ਐਵੇਂ ਦਾ ਇਲਾਬ ਲਾਂਗੇ ਉਹਨੇ ਐਵੇਂ ਹੱਸ ਕੇ ਤੇ ਟਾਲ ਜਾਇਆ ਕਰਨੀ ਮਾਂ ਨੇ ਬੜੇ ਫਿਕਰਮੰਦ ਰਿਆ ਕਰਨਾ ਕਿੰਦੇ ਚਾਰ ਪੁੱਤ ਵੱਡੇ ਸੀ ਹੌਲੀ ਹੌਲੀ ਕਿੰਦੇ ਇੱਕ ਦੋ ਐਵੇਂ ਕਰਕੇ ਚਾਰਾ ਪੁੱਤਾਂ ਦਾ ਵਿਆਹ ਕਰ ਲਿਆ ਕਿੰਦੇ ਤੀ ਨੂੰ ਉਹਨੇ ਕਦੇ ਕਿਸੇ ਕੰਮ ਕਰਨ ਨੂੰ ਨਾ ਆਖਿਆ ਕਹਿੰਦੇ ਧੀ ਨੇ ਆਪਣੀ ਮਰਜ਼ੀ ਨਾਲ ਜਦੋਂ ਮਨ ਕਰਨਾ ਉਦੋਂ ਉਠਿਆ ਕਰਨਾ ਉਹਨੇ ਆਪਣੀ ਧੀ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦਿੱਤੀ ਕਹਿੰਦੇ ਹੌਲੀ-ਹੌਲੀ ਹੁਣ ਉਹਦੀ ਧੀ ਜਦੋਂ ਜਵਾਨ ਹੋ ਗਈ ਤੇ ਉਹਨੇ ਸੋਚਿਆ ਵੀ ਇਹਦੇ ਲਈ ਕੋਈ ਚੰਗਾ ਘਰ ਲੱਭ ਲਿਆ ਜਾਵੇ ਹੁਣ ਉਹਨੇ ਆਸ-ਪਾਸ ਬੜੀ ਖੋਜ ਲਈ ਕਹਿੰਦੇ ਨਾਲ ਦੇ ਨਗਰ ਦੇ ਵਿੱਚ ਕਹਿੰਦੇ ਇੱਕ ਸੇੜ ਸੀ ਉਸਦੇ ਨਾਲ ਉਹ ਵਾਅਦਾ ਧਣੀ ਸੀ ਉਹ ਉਸਤੇ ਘਰ ਜਾ ਕੇ ਤੇ ਰਿਸ਼ਤਾ ਪੱਕਾ ਕਰ ਆਇਆ ਕਿੰਦੇ ਰਿਸ਼ਤਾ ਪੱਕਾ ਕਰਨ ਤੋਂ ਬਾਅਦ ਲਗਭਗ 2 ਮਹੀਨੇ ਦੇ ਸਮੇਂ ਵਿੱਚ ਉਹਦਾ ਵਿਆਹ ਹੋ ਗਿਆ। ਕਿੰਦੇ ਉਹਦੀ ਭਾਬੀਆਂ ਵੀ ਉਹਦਾ ਬੜਾ ਪਿਆਰ ਕਰਿਆ ਕਰਦੀਆਂ ਸਨ। ਭਰਾ ਵੀ ਬੜਾ ਲਾਡ ਤੇ ਪਿਆਰ ਕਰਿਆ ਕਰਦੇ ਸੀ। ਮਾਂ ਵੀ ਫਿਰ ਆਪੇ ਮਾਂ ਤੱਕ ਕਰਨਾ ਹੀ ਸੀ ਪਿਆਰ। ਕਿੰਦੇ ਉਹ ਸਾਰਿਆਂ ਦੀ लाਡਲੀ ਸੀ। ਕਿੰਦੇ ਜਦੋਂ ਅਗਲੇ ਘਰ ਗਈ ਤੇ ਕਿੰਦੇ ਉੱਥੇ ਵੀ ਸਵੇਰੇ ਓਵੇਂ ਉੱਠਿਆ ਕਰਨਾ। ਕਿਸੇ ਨੇ ਕੋਈ ਇੱਕ ਗੱਲ ਕਹਾ ਕਰਨੀ, ਉਹਦੇ ਬਦਲੇ ਨੂੰ ਚਾਰ ਗੱਲਾਂ ਸੁਣਾਇਆ ਕਰਨੀਆਂ। ਕਿੰਦੇ ਉਹਨੇ ਬੈਠੇ ਬਿਠਾਏ ਖਾਣਾ ਮੰਗਿਆ ਕਰਨਾ ਐਵੇਂ ਦੇ ਕਿੰਦੇ ਰੋਜ਼ ਉਹਨਾਂ ਦੇ ਘਰ ਦੇ ਹਾਲਾਤ ਬਣ ਗਏ ਉਹ ਪਹਿਲਾਂ ਸਕੂਨ ਤੇ ਸ਼ਾਂਤੀ ਨਾਲ ਰਹਾ ਕਰਦੇ ਸਨ ਉਹਨਾਂ ਦੇ ਘਰ ਰੋਜ਼ ਹੁਣ ਕਲਾ ਕਲੇਸ਼ ਹੋਇਆ ਕਰਨੀ ਕਿੰਦੇ ਇੱਕ ਦਿਨ ਉਹਨੇ ਹਾਰ ਥੱਕੇ ਕੁੜੀ ਨੇ ਆਪਣੇ ਪਿਤਾ ਜੀ ਨੂੰ ਫੋਨ ਕੀਤਾ ਕਿ ਮੈਨੂੰ ਆ ਕੇ ਲੈ ਜਾਓ ਤੁਸੀਂ ਮੈਨੂੰ ਨਰਕ ਚ ਸੱਟ ਦਿੱਤਾ ਜਦੋਂ ਇਹ ਗੱਲ ਪਿਤਾ ਜੀ ਨੇ ਸੁਣੀ ਉਨੇ ਕਹਤੀਏ ਵੀ ਮੈਂ ਤੇ ਤੇਰੇ ਲਈ ਬੜਾ ਚੰਗਾ ਪਰਿਵਾਰ ਲੱਭਿਆ ਸੀ ਆਪਣੇ ਨਾਲ ਵੱਧ ਧਣੀ ਲੱਭਿਆ ਸੀ ਕੀ ਗੱਲ ਹੋ ਗਈ ਉਹਨੇ ਕਿਹਾ ਵੀ ਜੇ ਤੇ ਪਿਤਾ ਜੀ ਮੈਨੂੰ ਜਿਉਂਦਾ ਵੇਖਣਾ ਚਾਹੁੰਦੇ ਹੋ ਵੀ ਚਾਹੁੰਦੇ ਹੋ ਵੀ ਮੇਰੇ ਸਵਾਸ ਬਚੇ ਰਹਿਣ ਤੇ ਮੈਂ ਤੁਹਾਡੇ ਵਿੱਚ ਰਵਾਂ ਤਾਂ ਆ ਕੇ ਜਿਵੇਂ ਹਾਲਾਤਾਂ ਚ ਹੈਗੇ ਉਹਵੇਂ ਲੈ ਜਾ ਕਹਿੰਦੇ ਕੋਈ 1-2 ਘੰਟੇ ਲੰਘਿਆ ਸੀ ਉਹਦੇ ਪਿਤਾ ਜੀ ਆ ਗਏ ਉਹਦੇ ਪਿਤਾ ਜੀ ਜਦੋਂ ਆਏ ਤੇ ਕਹਿੰਦੇ ਵਿਹੜੇ ਦੇ ਵਿੱਚ ਕਹਿੰਦੇ ਉਹਦੇ ਸਾਸ ਤੇ ਸੋਹਰਾ ਬੈਠੇ ਹੋਏ ਸਨ ਕਿੰਦੇ ਉਹਨਾਂ ਨੇ ਉਸ ਵੱਲ ਤੱਕ ਕੇ ਤੇ ਮੂੰਹ ਫੇਰ ਲਿਆ ਕਿੰਦੇ ਜਦੋਂ ਧੀ ਦੇ ਮਾਪਿਓ ਆਉਣ ਤੇ ਧੀ ਸਿਆਣੀ ਹੋਵੇ ਤਾਂ ਅਗੋ ਸੋਹਰਾ ਪਰਿਵਾਰ ਵੀ ਹਾਸ ਖੇੜ ਕੇ ਮਿਲਦਾ ਕਿੰਦੇ ਸਾਸੋਰੇ ਦ ਪੁੱਛਾ ਕਿੱਥੇ ਉਹਨਾਂ ਮੂੰਹ ਮੋੜ ਲਿਆ ਕਿੰਦੇ ਅੱਗੇ ਗਏ ਤੇ ਅੱਗੇ ਉਹਦੀ ਨਨਾਨ ਖੜੀ ਸੀ ਉਹਨੂੰ ਪੁੱਛਿਆ ਧੀਏ ਵੀ ਮੇਰੀ ਧੀ ਕਿੱਥੇ ਆ ਉਹਨੇ ਵੀ ਕਿਹਾ ਵੀ ਇੱਥੇ ਤੱਕੇ ਖਾਂਦੀ ਹੋਣੀ ਉਹ ਵੀ ਕੁਝ ਬੋਲ ਕੇ ਲੰਗੀ ਫਿਰ ਉਹਦੇ ਜੇੜ ਦਯੋਰ ਤੋਂ ਪੁੱਛਿਆ ਉਹਨਾਂ ਵੀ ਅਗੋ ਕੋਈ ਜੜਾ ਜਵਾਬ ਨਾ ਦਿੱਤਾ ਅੱਗੇ ਗਿਆ ਤੇ ਉਹਦੇ ਘਰ ਵਾਲਾ ਖੜਾ ਸੀ। ਉਹਨੂੰ ਪੁੱਛਿਆ ਪੁੱਤ ਤੀ ਕਿੱਥੇ ਆ? ਜਦੋਂ ਉਹਨੇ ਪੁੱਛਿਆ ਤੇ ਉਹਨੇ ਕਿਹਾ ਇੱਥੇ ਹੀ ਐ ਪਰ ਮੈਂ ਇਸ ਨੂੰ ਰੱਖਣਾ ਨਹੀਂ ਚਾਹੁੰਦਾ। ਜਿਵੇਂ ਤੁਸੀਂ ਹੁਣ ਆਏ ਹੋ ਇਹਨੂੰ ਨਾਲ ਲੈ ਕੇ ਜਾਓ। ਉਹ ਤੀ ਦੇ ਕੋਲ ਜਾਂਦਾ। ਤੀ ਦੇ ਕੋਲ ਜਾ ਕੇ ਪੁੱਛਿਆ ਤੀਏ ਇੱਕ ਮਹੀਨੇ ਵਿੱਚ ਐਸਾ ਕੀ ਵਾਪਰ ਗਿਆ ਕਿ ਜਿਹੜਾ ਤੂੰ ਐਵੇਂ ਕਹਿੰਦੀ ਹੈ। ਕਹਿੰਦੇ ਪਿਤਾ ਜੀ ਮੈਂ ਨਾ ਇੱਥੇ ਬੜੀ ਤੰਗ ਆ। ਜੇਕਰ ਤੁਸੀਂ ਜਿਉਣਾ ਮੈਨੂੰ ਜਿਉਂਦੀ ਦੇਖਣਾ ਚਾਹੁੰਦੇ ਹੋ ਤੇ ਹੁਣੇ ਮੈਨੂੰ ਲੈ ਕੇ ਤੇ ਚਲੇ ਜਾ। ਉਹਦੇ ਪਿਤਾ ਜੀ ਨੇ ਕਿਹਾ ਵੀ ਇੱਕ ਵਾਰ ਤੇਰੀ ਸੱਸ ਕੋਲੋਂ ਤਾਂ ਪੁੱਛ ਲੈ। ਉਹਨੇ ਕਿੰਨੇ ਕਿੰਦੇ ਮੇਰੀ ਡਾਂਚੜੇ ਸੱਸ ਕੋਲੋਂ ਕੀ ਪੁੱਛਣਾ ਹੈ? ਤੁਸੀਂ ਮੈਨੂੰ ਲੈ ਕੇ ਤੇ ਹੁਣੇ ਚਲੋ। ਉਹਨੇ ਕਿਹਾ ਤੀਏ ਕੋਈ ਨਾ ਇੱਕ ਵਾਰੀ ਪੁੱਛ ਲੈਣ ਦੇ। ਉਹਨਾਂ ਦੇ ਕੋਲ ਜਾਂਦੇ ਨੇ। ਜਾ ਕੇ ਕਿਹਾ ਵੀ ਇਹ ਨੂੰ ਮੈਂ ਕੁਝ ਦਿਨਾਂ ਲਈ ਲੈਣ ਆਇਆ ਹਾਂ। ਉਹਨੇ ਕਿਹਾ ਲੈਣ ਆਇਓ। ਕਹਿੰਦੇ ਜਿਵੇਂ ਆਏ ਹੋ ਨਾ ਹੁਣੇ ਇਹ ਨੂੰ ਲੈ ਕੇ ਤੇ ਚਲੇ ਜਾ। ਅਸੀਂ ਤੈਨੂੰ ਆਪਣੇ ਘਰ ਰੱਖਣਾ ਵੀ ਨਹੀਂ ਚਾਹੁੰਦੇ। ਕਹਿੰਦੇ ਜਿੱਦਣ ਦੀ ਆਈ ਏ ਕਹਿੰਦੇ ਆਪਣੀ ਮਰਜ਼ੀ ਨਾਲ ਉੱਠਦੀ ਏ। ਉੱਠ ਕੇ ਆਪਣੇ ਬੈੱਡ ਤੇ ਹੀ ਖਾਣਾ ਮੰਗਦੀ ਹੈ ਕਹਿੰਦੇ ਹਰ ਇੱਕ ਨੂੰ ਨੌਕਰ ਵਰਗਾ ਵਤੀਰਾ ਕਰਦੀ ਕਦੇ ਕਿਸੇ ਨਾਲ ਲੜਦੀ ਹੈ ਮਾੜੇ ਸ਼ਬਦ ਬੋਲਦੀ ਜਿੱਦਾਂ ਪਗਾਉਂਦੀ ਲੜਾਈ ਝਗੜੇ ਕਰਦੀ ਉਹਦੇ ਪਿਤਾ ਜੀ ਨੇ ਅੱਗੋਂ ਕੁਝ ਨਾ ਕਿਹਾ ਨੀਵੀ ਪਾਈ ਤੇ ਉਸ ਨੂੰ ਨਾਲ ਲੈ ਕੇ ਤੇ ਘਰ ਚਲੇ ਗਏ ਹੁਣ ਜਾਂਦੇ ਜਾਂਦੇ ਰਾਜ ਪੁੱਛਦਿਆ ਕਹਿੰਦੇ ਵੀ ਤੇਰੀ ਸੱਸ ਕਿਵੇਂ ਦੀ ਹੈ ਕਹਿੰਦੇ ਪਿਤਾ ਜੀ ਡਾਂਡ ਤੇ ਚੁੜੇਲ ਸ਼ਬਦ ਵੀ ਜੇ ਬੋਲਾਂ ਉਹ ਵੀ ਕੱਟਣ ਕਹਿੰਦੇ ਸੋਹਰਾ ਕਿਵੇਂ ਦਾ ਕਿੰਦੇ ਰਾਖਸ਼ਸ ਵੇਖੇ ਜੇ ਓਵੇਂ ਦਾਏ ਕਿੰਦੇ ਜੇਠ ਕਿੰਦੇ ਮੂਰਖਾਂ ਦਾ ਸਰਦਾਰ ਕਿੰਦੇ ਦਿਓਰ ਕਿੰਦੇ ਆਵਾਰਾ ਕਿੰਦੇ ਨਨਾਨ ਕੀ ਮੇਦੀ ਕਿੰਦੇ ਸਿਰੇ ਦੀ ਚੁਗਲ ਖੋਰੇ ਘਰ ਵਾਲਾ ਕਿਵੇਂ ਦਾ ਕਿੰਦੀ ਯਮਰਾਜ ਤੋਂ ਘਟਣੀ ਹੈਗਾ ਕਿੰਦੇ ਜਦੋਂ ਇਹ ਗੱਲ ਸੁਣੀ ਤਾਂ ਉਹ ਕਿੰਦੇ ਗਵਾਂਡੀ ਕਿਵੇਂ ਨੇ ਤਾਂ ਉਹਨੇ ਗਿਆ ਚਾਰ ਕਦਮ ਇੰਨਾ ਨਾਲੋਂ ਵੀ ਅੱਗੇ ਨੇ ਹੁਣ ਉਹਦੇ ਜਿਹੜੇ ਪਿਤਾ ਜੀ ਸਨ ਉਹਨਾਂ ਨੂੰ ਸਮਝਦੇ देर ਨਾ ਲੱਗੀ ਵੀ ਇੱਕ ਕਦਮੇ ਚ ਕਮੀ ਹੋ ਸਕਦੀ ਹੈ ਸਾਰਿਆਂ ਵਿੱਚ ਨਹੀਂ ਜ਼ਰੂਰ ਇਹਦੇ ਵਿੱਚ ਹੀ ਕਮੀ ਹੈ ਹੁਣ ਸੋਚਣ ਲੱਗੇ ਵੀ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ ਜਦੋਂ ਘਰ ਲੈ ਕੇ ਗਏ ਸਾਰਾ ਸਮਾਨ ਜਾ ਕੇ ਬੂਹੇ ਅੱਗੇ ਰੱਖਿਆ ਭਾਬੀਆਂ ਦੇਖ ਕੇ ਤੇ ਉਸਨੇ ਦੇਖਿਆ ਵੀ 1 ਮਹੀਨੇ ਚ ਵਾਪਸ ਆ ਗਈ ਇਹਨੇ ਤਾਂ ਉੱਥੇ ਵੀ ਨਹੀਂ ਕੱਟੀ ਉਹਦੇ ਵਤੀਰੇ ਤੋਂ ਪਹਿਲਾਂ ਹੀ ਜਾਣ ਉਸ ਉਹ ਜਾ ਕੇ ਭਾਬੀਆਂ ਨੂੰ ਮਿਲਦੀ ਉਹਦੀ ਭਾਬੀਆਂ ਕਹਿੰਦੇ ਤੇਰੇ ਬਿਨਾ ਕੋਈ ਸਾਡੀਆਂ ਬਾਵਾ ਨਹੀਂ ਸੰਥਕੀਆਂ ਉਹਨਾ ਮੂੰਹ ਵਟਲਿਆ ਮਾਂ ਨੇ ਵੀ ਜਦੋਂ ਦੇਖਿਆ ਵੀ ਇਹ ਉਥੋਂ ਵੀ ਸਮਾਨ ਲੈ ਕੇ ਆ ਗਈ ਏ ਤੇ ਮਾਂ ਨੇ ਵੀ ਬੋਲਣਾ ਬੰਦ ਕਰ ਦਿੱਤਾ। ਭਰਾਵਾਂ ਨੇ ਤੱਕਿਆ ਤੇ ਉਹਨਾਂ ਵੀ ਬੋਲਣਾ ਬੰਦ ਕਰ ਦਿੱਤਾ। ਹੁਣ ਕੱਲੇ ਉਹਦੇ ਪਿਤਾ ਜੀ ਸਨ ਜੋ ਉਸ ਨਾਲ ਬੋਲਦੇ ਸਨ। ਕਹਿੰਦੇ ਸਾਰੇ ਉਹਦੀ ਇਨ੍ਹਾਂ ਹਰਕਤਾਂ ਤੋਂ ਬੜੇ ਜ਼ਿਆਦਾ ਪਰੇਸ਼ਾਨ ਹੋ ਗਏ। ਕਹਿੰਦੇ ਹੁਣ ਉਹਨੇ ਕਿਤੇ ਮੰਦਿਰ ਕਿਤੇ ਗੁਰਦੁਆਰੇ ਕਿਤੇ ਵੀ ਐਸੀ ਥਾਂ ਜਾਇਆ ਕਰਨਾ। ਸਾਰੇ ਲੋਕਾਂ ਪੁੱਛਿਆ ਕਰਨਾ ਵੀ ਤੂੰ ਕਿਸ ਦਿਨ ਵਾਪਸ ਜਾਣਾ। ਤੈਨੂੰ 2-3 ਮਹੀਨੇ ਹੋ ਗਏ ਨੇ ਤੇ 10 ਕੋਈ ਲੜਕੇ ਆਇਓ ਜਾਂ ਲੈਂਡ ਨਹੀਂ ਆਉਂਦੇ। ਐਵੇਂ ਦੀਆਂ ਗੱਲਾਂ ਉਹਨਾਂ ਹਰ ਇੱਕ ਨੇ ਕਰੀਆਂ ਕਰਨੀਆਂ ਉਹ ਇਸ ਗੱਲ ਤੋਂ ਬੜਾ ਜ਼ਿਆਦਾ ਪਰੇਸ਼ਾਨ ਹੋਗੀ ਉਹਨੇ ਕਿਹਾ ਉੱਥੇ ਸੀ ਉੱਥੇ ਨਹੀਂ ਸੰਜੀਨ ਦਿੰਦੇ ਇੱਥੇ ਆਈਆਂ ਤੇ ਇੱਥੇ ਵੀ ਨਹੀਂ ਜੀਣ ਦਿੰਦੇ ਇੱਕ ਸ਼ਾਮ ਆਪਣੇ ਪਿਤਾ ਜੀ ਨੂੰ ਕਹਿੰਦੀ ਇਸ ਤੋਂ ਚੰਗਾ ਹੁੰਦਾ ਤੁਸੀਂ ਮੈਨੂੰ ਮੇਰਾ ਵਿਆਹ ਹੀ ਨਾ ਕਰਦੇ ਹੁਣ ਉਦਾਸ ਬੈਠੀ ਸੀ ਉਹਨਾਂ ਦੇ ਪਿਤਾ ਜੀ ਨੇ ਇੱਕ ਸੰਤ ਫਕੀਰ ਦੇ ਕੋਲ ਕੇ ਅਗਲੇ ਦਿਨ ਆ ਕੇ ਕਹਤੀ ਹੈ ਮੈਂ ਇੱਕ ਸੰਤ ਫਕੀਰ ਜੀ ਦੇ ਕੋਲ ਗਿਆ ਸੀ ਉਹਨੇ ਕਿਹਾ ਕਿ ਜੇਕਰ ਤੂੰ ਉੱਥੇ ਆਵੇਂ ਉਹ ਇੱਤੇ ਨੂੰ ਸਾਧਨਾ ਤੇ ਇੱਕ ਤੈਨੂੰ ਮੰਤਰ ਦੇਣਗੇ ਜਿਸ ਦੇ ਨਾਲ ਤੇਰਾ ਸਹੁਰਾ ਪਰਿਵਾਰ ਤੇਰੀ ਹਰ ਗੱਲ ਮੰਨੇਗਾ ਉਹਨੇ ਕਿਹਾ ਠੀਕ ਹੈ ਮੈਂ ਜ਼ਰੂਰ ਜਾਵਾਂਗੀ ਕਿੰਨੇ ਤੋਂ ਆਪਣੇ ਸਹੁਰੇ ਘਰ ਜਾਵਾਂਗੀ ਕਿੰਨੇ ਜੇਕਰ ਉਹ ਗੱਲ ਮੰਨਣਗੇ ਤਾਂ ਜ਼ਰੂਰ ਜਾਵਾਂਗੀ ਸੰਤ ਫਕੀਰ ਜੀ ਦੇ ਕੋਲ ਕੇ ਸ਼ਾਮ ਨੂੰ ਜਦੋਂ ਆਏ ਕਿਹਾ ਤੀਏ ਵੀ ਉਹ ਲਗਭਗ 6 ਮਹੀਨੇ ਦਾ ਸਮਾਂ ਲੰਗੇਗਾ ਤੇ ਹਰ ਜੀ ਤੇਰਾ ਕਹਿਣਾ ਮੰਨੇਗਾ ਕਿੰਨੇ ਠੀਕ ਹੈ ਕਿੰਨੇ ਇੱਕ ਨਾ ਸੰਤ ਜੀ ਨੇ ਸਾਧਨਾ ਦਿੱਤੀ ਤੇ ਇੱਕ ਮੰਤਰ ਦਿੱਤੀ ਕਿੰਦੀ ਪਿਤਾ ਜੀ ਮੰਤਰਤਾ ਮੇਰ ਤੋਂ ਹੋਣਾ ਨਹੀਂ ਪਿਤਾ ਜੀ ਨੇ ਕਿਹਾ ਮੰਤਰ ਰੋਜ਼ ਮੈਂ ਜਪ ਲਿਆ ਕਰਾਂਗਾ ਤੂੰ ਸਿਰਫ ਸਾਧਨਾ ਕਰ ਲੈ ਕਿੰਦੀ ਜੀ ਜ਼ਰੂਰ ਕਿੰਦੇ ਕਰਨਾ ਕੀ ਕਿੰਦੇ ਤੈਨੂੰ ਕੋਈ ਕੁਝ ਬੋਲੇ ਤੂੰ ਅੱਗੋਂ ਥੋੜਾ ਜਾ ਚੁੱਪ ਰਹੀਂ ਜੇ ਚੁੱਪ ਰਹੇਂਗੀ 6 ਮਹੀਨਿਆਂ ਦੇ ਅੰਦਰ ਅੰਦਰ ਉਹ ਸਾਰੇ ਤੇਰਾ ਜਿਵੇਂ ਤੂੰ ਕਹੇਂਗੀ ਉਵੇਂ ਕਰਨ ਲੱਗ ਜਾਣਗੇ ਕਿੰਦੀ ਠੀਕ ਹੈ ਅਗਲੇ ਦਿਨ ਉਹ ਲੈ ਕੇ ਆਪਣੀ ਧੀ ਨੂੰ ਤੇ ਉਹਦੇ ਸੋਹਰੇ ਪਰਿਵਾਰ ਦੇ ਕੋਲ ਗਿਆ ਹੁਣ ਸੋਹਰਾ ਪਰਿਵਾਰ ਜਿਹੜਾ ਸੀ ਉਹਨੂੰ ਦੇਖ ਕੇ ਤੇ ਉਹਨਾਂ ਮੂੰਹ ਵਾਟਲੇ ਉਹ ਕਹਿੰਦੇ ਵੀ ਇਹਨੂੰ ਕਿਉਂ ਲੈ ਕੇ ਆਏ ਜੇਰਾ ਤੁਸੀਂ ਦਾਜ ਦੇਹ ਦਿੱਤਾ ਸੀ ਉਹ ਵੀ ਲੈਵੋ ਤੇ ਇਥੋਂ ਚੱਲਦੇ ਬਣੋ ਇਹਦੇ ਕਰਕੇ ਤੇ ਘਰ ਦੀ ਸ਼ਾਂਤੀ ਸਾਡੀ ਭੰਗ ਹੋ ਗਈ ਹੁਣ ਉਹਨੂੰ ਛੱਡ ਕੇ ਤੇ ਉਹਨੇ ਕਿਹਾ ਜੀ ਇਹ ਬਦਲ ਗਈ ਹੈ ਹੁਣ ਐਸਾ ਕੁਝ ਨਹੀਂ ਹੋਵੇਗਾ ਉਹ ਅੰਦਰ ਜਾ ਕੇ ਤੇ ਬੈਠ ਗਈ ਕੁਝ ਸਮੇਂ ਬਾਅਦ ਕਿੰਨੇ ਅਗਲੇ ਜਦੋਂ ਦਿਨ ਨਿਕਲਿਆ ਨਾ ਤੇ ਆਪਣੀ ਸਾਸ ਤੇ ਕੋਲ ਆਈ ਆ ਕੇ ਪੁੱਛਿਆ ਵੀ ਤੁਸੀਂ ਠੀਕ ਹੋ ਤੇ ਨਾਲੇ ਪੁੱਛਿਆ ਵੀ ਅੱਜ ਕੀ ਬਣਾਇਆ ਜਾਵੇ ਵੀ ਜੋ ਸਭ ਨੂੰ ਪਸੰਦ ਹੋਏ ਉਦੀ ਸੱਸ ਵੀ ਇਹ ਕੇ ਹੈਰਾਨ ਵੀ ਪਹਿਲਾਂ ਤਾਂ ਇਹ ਮੰंजे ਦੇ ਉੱਤੇ ਆਹ ਖਾਣਾ ਮੰਗਦੀ ਸੀ ਅੱਜ ਪੁੱਛਦੀ ਪਈ ਵੀ ਕੀ ਬਣਾਇਆ ਜਾਵੇ ਜੋ ਸਾਰਿਆਂ ਨੂੰ ਪਸੰਦ ਹੈ ਇਹ ਵਤੀਰਾ ਵੇਖ ਕੇ ਉਹ ਬੜੇ ਹੈਰਾਨ ਜੇ ਹੋਏ ਕਿੰਦੇ ਕੁਝ ਸਮੇਂ ਬਾਅਦ ਉਹ ਚਾਹ ਦਾ ਇੱਕ ਕੱਪ ਲੈ ਕੇ ਤੇ ਆਪਣੇ ਸਹੁਰੇ ਦੇ ਕੋਲ ਆਈ ਆਉਂਦਿਆ ਇੱਕ ਠੇਡਾ ਵਜਾ ਤੇ ਕੱਪ ਟੁੱਟ ਗਿਆ ਸਹੁਰੇ ਨੇ ਬੜਾ ਉੱਪੇ ਲਈ ਪੜਾਸੀ ਉਹਦੇ ਦੇ ਉਹਨੇ ਕਿਹਾ ਵੀ ਇੱਕ ਕੱਪ ਜਿਹੜਾ ਤੋੜਨ ਦੀ ਹੈ ਇਹ ਕਿਹੜਾ ਫਰੀਖਾ ਤੇ ਆਏ ਨੇ ਜੇ ਕੁਝ ਪਿੱਛੋਂ ਸਿੱਖਿਆ ਹੁੰਦਾ ਤੇ ਇਹ ਚਾਹ ਦਾ ਕੱਪ ਨਾ ਡੇਕਦੀ ਹੁਣ ਉਹਨੂੰ ਗੁੱਸਾ ਤਾਂ ਬੜਾ ਆਇਆ ਪਰ ਕਹਿੰਦੇ ਉਹਦੇ ਪਰ ਉਹਦੇ ਪਿਤਾ ਜੀ ਨੇ ਕਿਹਾ ਸੀ ਵੀ ਸਾਧਨਾਏ ਬੋਲਣਾ ਨਹੀਂ ਅਗੋਂ ਉਹ ਚੁੱਪ ਕਰਕੇ ਚਲੀ ਗਈ ਸੋਹਰਾ ਬੜਾ ਹੈਰਾਨ ਹੋਇਆ ਵੀ ਪਹਿਲਾਂ ਇੱਕ ਦੀਆਂ 10 ਸੁਣਾਉਣ ਵਾਲੀ ਅੱਜ ਚੁੱਪ ਕਿਵੇਂ ਰਹਿ ਗਈ ਨਨਾਨ ਖਾਣਾ ਬਣਾਉਂਦੀ ਸੀ ਉਹਨੂੰ ਕਿਹਾ ਵੀ ਮੈਂ ਵੀ ਤੇਰੀ ਮਦਦ ਕਰਦੀ ਆ ਉਹ ਵੀ ਬੜੀ ਹੈਰਾਨ ਹੋਈ ਵੀ ਪਹਿਲਾਂ ਤਾਂ ਪਾਣੀ ਦਾ ਗਲਾਸ ਨਹੀਂ ਸੀ ਚੁੱਕਦੀ ਅੱਜ ਮੇਰੇ ਨਾਲ ਮਦਦ ਕਰਦੀ ਪਈਏ ਕਹਿੰਦੇ ਹਰ ਇੱਕ ਨੇ ਉਹਦੇ ਵੱਲ ਗੌਰ ਕੀਤੀ ਲਗਭਗ 1 ਮਹੀਨੇ ਦਾ ਸਮਾਂ ਲੰਘਿਆ ਤੇ ਸੱਸ ਨੇ ਹੁਣ ਦੇਖਿਆ ਵਿੱਚ ਬੜਾ ਬਦਲਾਅ ਆ ਗਿਆ ਸਾਸਨੇ ਦੇ ਘਰ ਵਾਲੇ ਨੂੰ ਕੋਲ ਬੁਲਾਇਆ ਕਿਹਾ ਅੱਜ ਤੋਂ ਆ ਘਰ ਦੀਆਂ ਚਾਪੀਆਂ ਵੀ ਇਹਦੇ ਹਵਾਲੇ ਨੇ ਤੇ ਜੋ ਕਮਾ ਕੇ ਲੈ ਕੇ ਆਏ ਇਹਨੂੰ ਦਿਆ ਕਰ। ਇਹ ਹੀ ਘਰ ਤੇ ਮਾਇਆ ਏ ਵੀ ਇਹਦੇ ਨਾਲ ਹੀ ਬਰਕਤ ਏ ਇਹ ਆਪਣੇ ਘਰ ਦੀ ਰੌਣਕ ਤੇ ਬਰਕਤ ਏ। ਹੁਣ ਉਹ ਚਾਹੁੰਦੀ ਤਾਂ ਇਹ ਸੀ ਵੀ ਸਾਰਾ ਕੁਝ ਉਹਦੇ ਹਵਾਲੇ ਹੋਏ ਤੇ ਉਹਵੇਂ ਹੀ ਵਾਪਰਨ ਦਿਆ ਸੀ। ਕਹਿੰਦੇ ਹੌਲੀ ਹੌਲੀ 2 3 4 ਮਹੀਨੇ ਲੰਗੇ। ਕਹਿੰਦੇ ਐਵੇਂ ਕਰਦੇ ਕਰਦੇ 6 ਮਹੀਨੇ ਦਾ ਸਮਾਂ ਲੰਘ ਗਿਆ। ਹੁਣ ਸਾਰਾ ਕੁਝ ਬਦਲ ਚੁਕਿਆ ਸੀ ਕਿੰਦੇ ਉਹਦਾ ਪਿਤਾ ਜੀ ਉਹਨੂੰ ਲੈਣ ਆਏ ਉਹਦੇ ਜਦੋਂ ਲੈਣ ਆਏ ਤੇ ਉਹਦੇ ਪਿਤਾ ਜੀ ਕਹਿੰਦੇ ਵੀ ਤੀਏ ਘਰ ਚੱਲ ਉਹ ਕਹਿੰਦੀ ਵੀ ਨਹੀਂ ਪਿਤਾ ਜੀ ਪਹਿਲਾਂ ਮੇਰੀ ਮਾਂ ਤੇ ਮੇਰੇ ਪਿਓ ਤੋਂ ਪੁੱਛ ਕੇ ਤੇ ਆ ਜਾ ਉਹ ਕਹਿੰਦੇ ਪੁੱਛਣ ਦੀ ਕੀ ਲੋੜ ਆਪਾਂ ਚੱਲਦੇ ਆਂ ਕਹਿੰਦੀ ਨਹੀਂ ਨਹੀਂ ਪਹਿਲਾਂ ਉਹਨਾਂ ਤੋਂ ਪੁੱਛ ਕੇ ਉਹ ਪੁੱਛ ਕੇ ਆਏ ਤੇ ਉਹਨਾਂ ਕਹਾਂ ਜੀ ਲੈ ਕੇ ਤਾਂ ਜ਼ਰੂਰ ਜਾ ਵੀ ਤੁਸੀਂ ਮਾਂ ਪਿਓ ਵੋ ਪਰ ਤੁਸੀਂ ਛੇਤੀ ਛੱਡ ਜਾਇਓ ਇਹਦੇ ਬਿਨਾ ਸਾਡਾ ਦਿਲ ਨਹੀਂ ਲੱਗਣਾ ਉਹ ਲੈ ਕੇ ਤੇ ਗਏ ਰਸਤੇ 'ਚ ਕਹਿੰਦੇ ਤੇਰੀ ਡੈਨ ਚੁੜੇਲ ਕਿਵੇਂ ਹੈ ਕਿੰਦੀ ਪਿਤਾ ਜੀ ਇਹ ਸ਼ਬਦ ਨਾ ਵਰਤੋ ਫਿਰ ਕਹਿੰਦੇ ਤੇਰਾ ਰਾਖਸ਼ ਕਿਵੇਂ ਕਹਿੰਦੇ ਨਹੀਂ ਪਿਤਾ ਜੀ ਉਹ ਵੀ ਮੇਰੇ ਪਿਤਾ ਜੀ ਨੇ ਤੁਸੀਂ ਇਹ ਸ਼ਬਦ ਨਾ ਵਰਤੋ ਕਹਿੰਦੇ ਮੂਰਖਾਂ ਦਾ ਸਰਦਾਰ ਕਿਵੇਂ ਕਹਿੰਦੇ ਐਵੇਂ ਨਾ ਕਹੋ ਉਹ ਵੀ ਮੇਰਾ ਭਰਾ ਵੇ ਕਹਿੰਦੇ ਫਿਰ ਆਵਾਰਾ ਕਿਵੇਂ ਕਹਿੰਦੇ ਉਹ ਤਾਂ ਮੇਰਾ ਸਭ ਤੋਂ लाडला ਭਰਾ ਵੇ ਉਹਦੇ ਬਾਰੇ ਇਹ ਸ਼ਬਦ ਨਾ ਕਹੋ ਕਹਿੰਦੇ ਚੁਗਲਖੋਰ ਕੀ ਕਰਦੀ ਕਹਿੰਦੇ ਨਹੀਂ ਉਹ ਤਾਂ ਮੇਰੀ ਛੋਟੀ ਭੈਣ ਹੈ ਉਹਦੇ ਬਾਰੇ ਐਵੇਂ ਨਾ ਕਹੋ ਕਹਿੰਦੇ ਯਮਰਾਜ ਕਿਵੇਂ ਵੇ ਕਹਿੰਦੇ ਜੀ ਯਮਰਾਜ ਨਹੀਂ ਉਹ ਤਾਂ ਮੇਰਾ ਜੀਵਨ ਸਾਥੀ ਹੈ ਮੇਰਾ ਦੁੱਖ ਸੁੱਖ ਦਾ ਸਾਹਾਰਾ ਤੁਸੀਂ ਇਹ ਸ਼ਬਦ ਨਾ ਬੋਲੋ ਕਹਿੰਦੇ ਅੱਛਾ ਫਿਰ ਜਿਹੜੇ ਤੁਹਾਡੇ ਗਵਾਂਢੀ ਤੇਰੇ ਘਰ ਘਰ ਆ ਲੈਣ ਨਾਲੋਂ ਚਾਰ ਕਦਮ ਅੱਗੇ ਸਨ ਉਹ ਕਿਵੇਂ ਨੇ ਕਹਿੰਦੇ ਜੀ ਉਹ ਤਾਂ ਦੁੱਖ ਸੁੱਖ ਤੇ ਸਾਥੀ ਨੇ ਤੁਸੀਂ ਐਵੇਂ ਦੇ ਸ਼ਬਦ ਨਾ ਬੋਲੋ ਜਦੋਂ ਪਿਤਾ ਜੀ ਨੇ ਇਹ ਗੱਲ ਕਹੀ ਤਾਂ ਉਹਨੇ ਅੱਗੇ ਕਿਹਾ ਵੀ ਪਿਤਾ ਜੀ ਮੇਰੀ ਜ ਗਲਤੀ ਸੀ ਮੈਂ ਉਹਨਾਂ ਨੂੰ ਆਪਣਾ ਨਹੀਂ ਸੀ ਬਣਾ ਪਾਰੀ ਜਿਸ ਕਰਕੇ ਸਾਰਾ ਕੁਝ ਵਾਪਰਿਆ ਉਹ ਤਾਂ ਮੇਰੇ ਤੁਹਾਡੇ ਨਾਲੋਂ ਵੀ ਵੱਧ ਮੇਰਾ ਆਦਰ ਤੇ ਸਤਿਕਾਰ ਕਰਦੇ ਨੇ ਹੁਣ ਸੰਤ ਫਕੀਰ ਜੀ ਦੇ ਕੋਲ ਗਏ ਸੰਤ ਫਕੀਰ ਜੀ ਨੂੰ ਜਾ ਕੇ ਕਿਹਾ ਜਿਹੜਾ ਤੁਸੀਂ ਮੰਤਰ ਦਿੱਤਾ ਸੀ ਨਾ ਉਹ ਮੇਰੇ ਪਿਤਾ ਜੀ ਨੇ ਜਪਿਆ ਤੇ ਸਾਧਨਾ ਮੈਂ ਕੀਤੀ ਮੈਂ ਤਾਂ ਸੋਚਦੀ ਸੀ ਕਿ 6 ਮਹੀਨਿਆਂ ਦੇ ਬਾਅਦ ਇਹਨਾਂ ਨੂੰ ਦੱਸਾਂਗੀ ਜਦੋਂ ਸਾਧਨਾ ਪੂਰੀ ਹੋਗੀ ਪਰ ਹੁਣ ਤਾਂ ਸਾਰਾ ਘਰ ਹੀ ਬਦਲ ਗਿਆ ਉਹ ਤਾਂ ਮੇਰੇ ਅੰਗ ਸੰਗ ਰਹਿੰਦੇ ਨੇ ਹੁਣ ਮੈਂ ਕੋਈ ਸਾਧਨਾ ਤੇ ਕੋਈ ਮੰਤਰ ਨਹੀਂ ਜਪਣਾ ਚਾਹੁੰਦੀ ਉਹਦੇ ਪਿਤਾ ਜੀ ਤੇ ਸੰਤ ਜੀ ਨੇ ਹੱਸ ਕੇ ਕਿਹਾ ਧੀਏ ਨਾ ਹੀ ਕੋਈ ਸਾਧਨਾ ਸੀ ਨਾ ਹੀ ਕੋਈ ਮੰਤਰ ਸੀ ਇਹ ਤੇ ਤੈਨੂੰ ਸਿੱਧੇ ਰਾਹ ਲੈ ਕੇ ਆਉਣ ਲਈ ਸੀ ਉਹ ਸੰਤ ਫਕੀਰ ਨੇ ਕਿਹਾ ਧੀਏ ਕਦੀ ਵੀ ਆਪਣੇ ਪੇਕੇ ਘਰ ਤੋਂ ਤਿੰਨ ਚੀਜ਼ਾਂ ਨਾ ਲੈ ਕੇ ਜਾਓ ਇਹਨਾਂ ਤਿੰਨਾਂ ਦੇ ਕਰਕੇ ਹੀ ਘਰ ਨੁਕਸਾਨ ਹੁੰਦਾ ਹੈ ਪਹਿਲੀ ਚੀਜ਼ ਹੈ ਜਿੱਦ ਜਦੋਂ ਮਾਪਿਓ ਦੇ ਘਰ ਹੋਈਏ ਧੀਆਂ ਕਈ ਵਾਰ ਜਿੱਦ ਕਰਦੀਆਂ ਨੇ ਇਹ ਚਾਹੀਦਾ ਉਹ ਚਾਹੀਦਾ ਇੱਥੇ ਜਿੱਦ ਪੂਰੀਆਂ ਹੋ ਜਾਂਦੀਆਂ ਨੇ ਪਰ ਕਈ ਵਾਰ ਸੋਰੇ ਕਰ ਇਹ ਜਿੱਦ ਪੂਰੀ ਨਹੀਂ ਹੁੰਦੀ ਤੇ ਫਿਰ ਇਹਹੀ ਲੜਾਈ ਕਲੇਸ਼ ਦਾ ਕਾਰਨ ਬਣਦਾ ਇਸ ਨੂੰ ਜਿੱਦ ਨੂੰ ਪੇਕੇ ਘਰੀ ਛੱਡਾ ਦੂਜੀ ਚੀਜ਼ ਹੈ ਲੜਾਈ ਝਗੜਾ ਪੇਕੇ ਆਪਾਂ ਕਈ ਵਾਰ ਹਰ ਇੱਕ ਨਾਲ ਲੜ ਪੜ ਪੈਨੇ ਮਨ ਮੋਟਾ ਵੀ ਹੋ ਜਾਂਦੇ ਨੇ ਉਹ ਹਾਸੀ ਖੇਡੇ ਵਿੱਚ ਆ ਜਾਂਦੇ ਨੇ ਪਰ ਅਗਲੇ ਕਰ ਇਹ ਲੜਾਈ ਕਰ ਆਪਣਾ ਘਰ ਆਪਾਂ ਆਪ ਤਬਾਹ ਕਰ ਲੈਂਦੇ ਆ ਇਸ ਦੀ ਤਬਾਹੀ ਤੋਂ ਦੂਰ ਰਭੋ ਤੇ ਹਮੇਸ਼ਾ ਆਪਣੇ ਘਰ ਨੂੰ ਸੁਖਦ ਰੱਖੋ ਤੀਜੀ ਚੀਜ਼ ਹੈ ਮਾੜੇ ਬੋਲ ਕਈ ਵਾਰ ਪੇਕੇ ਕਰ ਆਪਾਂ ਮਾੜੇ ਬੋਲ ਜਿਹੜੇ ਬੋਲ ਹੁੰਦੇ ਨੇ ਉਹਨਾਂ ਦਾ ਤੀਰ ਕੱਸਦੇ ਰਹਿੰਦੇ ਆ ਤੇ ਮਾਪਿਓ ਦੀ ਛਾਂ ਥੱਲੇ ਇੱਕ ਅੱਜੇ ਵੀ ਜਾਂਦੇ ਨੇ ਪਰ ਅੱਗੇ ਚੱਲ ਇਹ ਮਾੜੇ ਬੋਲ ਤੁਹਾਨੂੰ ਘਰ ਵਿੱਚ ਬਸਣ ਨਹੀਂ ਦਿੰਦੇ ਇਸ ਲਈ ਇਹ ਮਾੜੇ ਬੋਲਾਂ ਨੂੰ ਤਿਆਗ ਦਵੋ ਜੇ ਚੰਗਾ ਬੋਲੋਗੇ ਹਮੇਸ਼ਾ ਸਾਬ ਦਾ ਆਦਰ ਸਤਕਾਰ ਤੇ ਇੱਜ਼ਤ ਵੀ ਪਾਓਗੇ ਪਰ ਮਾੜੇ ਬੋਲ ਬੋਲੋਗੇ ਤੇ ਹਰ ਇੱਕ ਦੇ ਮਨੋਂ ਲੱਥ ਜਾਓਗੇ ਇਸ ਲਈ ਇਹ ਤਿੰਨ ਚੀਜ਼ਾਂ ਆਪਣੇ ਨਾਲ ਕਦੀ ਨਾ ਲੈ ਕੇ ਜਾਓ ਇਹ ਤਿੰਨ ਚੀਜ਼ਾਂ ਤਬਾਹੀ ਦਾ ਕਾਰਨ ਬਣਦੀਆਂ ਨੇ ਇਹਨਾਂ ਨੂੰ ਜਿੰਨਾ ਹੋ ਸਕੇ ਇੱਥੇ ਵਗਾਦੋ ਤੇ ਇੱਥੇ ਨੱਪ ਕੇ ਚਲੇ ਜਾਓ ਸਾਰੇ ਪਰਿਵਾਰ ਫਿਰ ਆਪ ਹੀ ਇੱਜ਼ਤ ਸਤਕਾਰ ਮਾਣਵੀ ਮਿਲੇਗਾ ਤੇ ਹਰ ਇੱਕ ਤੁਹਾਡੇ ਨਾਲ ਹੱਸ ਖੇਡ ਕੇ ਵੀ ਰਹੇਗਾ